ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ। ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅਤੇ ਅੱਜ ਦਾ ਵਲੋਗ, ਅੱਜ ਆਪਣਾ ਜਿਹੜਾ ਸੀਗਾ ਇੱਕ ਹੋਰ ਨਵਾਂ ਪ੍ਰੋਜੈਕਟ ਆ ਚੁੱਕਾ ਆ, ਅਤੇ ਉਹਨੂੰ ਆਪਾਂ ਕਰਦੇ ਹਾਂ ਜੀ ਅਨਬੋਕਸਿੰਗ। ਅਨਬੋਕਸਿੰਗ ਵੈਸੇ ਮੈਂ ਆਲਰੇਡੀ ਕਰ ਚੁੱਕਾ ਸੀਗਾ, ਅਤੇ ਉਹਨੂੰ ਦੁਬਾਰਾ ਕਰਦੇ ਹਾਂ ਅਨਬੋਕਸਿੰਗ, ਅਤੇ ਦੇਖਦੇ ਹਾਂ ਤੁਹਾਨੂੰ ਵੀ ਦਿਖਾਉਂਦੇ ਹਾਂ ਕੀ ਹੈ ਕੀ ਨਹੀਂ ਆ। ਕਰਦੇ ਹਾਂ ਜੀ ਸਟਾਰਟ ਅੱਜ ਦਾ ਵਲੋਗ। ਆ ਜਾਓ ਇਹ ਆ ਜੀ ਆਪਣਾ ਆ ਚੁੱਕਿਆ ਜੀ ਆਪਣਾ ਨਵਾਂ ਪ੍ਰੋਜੈਕਟ ਇੱਕ ਵਿਜ਼ਨ। ਇੱਕ ਵਿਜ਼ਨ ਆ ਗਏ ਜੀ ਆਪਣੇ ਕੈਮਰੇ। ਕੈਮਰੇ ਲਗਾ ਰਹੇ ਹਾਂ ਆਪਾਂ, ਅਤੇ ਤਿੰਨ ਕੈਮਰੇ ਬੁਲਟ ਕੈਮਰੇ ਆ, ਤਿੰਨ ਕੈਮਰੇ ਆ, ਸਪਲਾਈ ਆ, ਐਚ ਡੀ ਆ। ਬੁਲਟ ਕੈਮਰੇ ਇਹ 5 ਮੈਗਾਪਿਕਸਲ ਆ ਜੀ, ਅਤੇ ਆ ਆਪਣੀ ਹੈਗੀ ਆ ਹਾਰਡ ਡਿਸਕ 1 TB ਦੀ ਇਹ, ਅਤੇ ਆ ਆਪਣੀ ਹੈਗੀ ਆ ਜੀ ਪਾਵਰ ਸਪਲਾਈ, ਅਤੇ ਬਾਕੀ ਆਹ ਹੈਗੀ ਆਪਣੀ HDMI, ਆਹ ਹੈਗੇ ਜੀ ਆਪਣੇ ਕਨੈਕਟਰ DC ਪਿੰਨਾਂ, ਅਤੇ ਆਹ ਆਪਣਾ ਹੈਗਾ ਜੀ ਵਾਇਰ ਦਾ ਰੋਲ। ਅਤੇ ਕਰਦੇ ਹਾਂ ਜੀ ਸਟਾਰਟ ਅੱਜ ਦਾ ਵਲੌਗ, ਫਿਰ ਵਾਇਰਾਂ ਵੂਰਾਂ ਪਾ ਕੇ ਤਾਂ ਫਿਰ ਤੁਹਾਨੂੰ ਸਾਰਾ ਦੱਸਦੇ ਹਾਂ ਪ੍ਰੋਸੀਜਰ। ਹੌਲੀ ਹੌਲੀ ਖਿੱਚ ਲਓ। ਲਓ ਜੀ ਵਾਇਰਿੰਗ ਪੈਂਦੀ ਹੋਈ, ਵਾਇਰਿੰਗ ਖਿੱਚ ਲਓ। ਆਇਆ ਨਹੀਂ ਮਾੜੀ ਜੀ ਖਿੱਚੋ। ਇੱਥੇ ਤਾਂ ਪੈ ਗਈ ਸੀਗੀ ਜੀ ਤਾਰ ਆਪਣੀ ਕੈਮਰਿਆਂ ਵਾਲੀ, ਅਤੇ ਬਾਕੀ ਇੱਧਰ ਵੀ ਪਾਉਣੀਆਂ ਸੀਗੀਆਂ, ਇੱਧਰ ਫਿਰ ਥੋੜ੍ਹਾ ਜਿਹਾ ਰਹਿ ਗਿਆ ਸੀਗਾ ਵਿੱਚੋਂ, ਹੈ ਨਾ, ਤਾਰ ਕਰੈਕ ਜਿਹੀ ਹੋ ਗਈ ਸੀਗੀ, ਅਤੇ ਉਹ ਆਪਾਂ ਚੇਂਜ ਕਰਕੇ ਲਿਆਵਾਂਗੇ। ਹੋਰ ਅੱਜ ਲਿਆਉਂਦੇ ਚੇਂਜ ਕਰਕੇ, ਅਤੇ ਬਾਕੀ ਦੀ ਫੇਰ ਪਾਉਂਦੇ ਹਾਂ ਆਪਾਂ। ਆਹ ਇੰਟਰਨੈੱਟ ਦੀ ਬਾਹਰ ਆਪਣੀ ਆ ਚੁੱਕੀ ਉਹ ਆ, ਅਤੇ ਅੱਜ ਬ੍ਰੌਡਬੈਂਡ ਵੀ ਉਹਨਾਂ ਨੇ ਲਾ ਜਾਣਾ ਆ, ਅਤੇ ਇੱਧਰਲੇ ਪਾਸੇ ਆਪਣੇ ਕੈਮਰਿਆਂ ਦੀਆਂ ਸਾਰਾ ਸੈਟਅਪ ਇੱਥੇ ਹੋ ਜਾਣਾ ਆਪਣਾ, ਥੱਲੇ ਹੀ ਥੱਲੇ ਕਰਕੇ ਸਾਰਾ ਸੈਟਅਪ ਲਾ ਕੇ ਕੈਮਰੇ ਕੁਮਰੇ ਲਾ ਕੇ ਵਿਊ ਵੀ ਤੁਹਾਨੂੰ ਚੈੱਕ ਕਰਾਵਾਂਗੇ। ਫਿਰ ਆਹ ਲੋਕੇ ਆ ਜੀ, ਇਹ ਇੱਕ ਵਿਜ਼ਨ 5 ਮੈਗਾਪਿਕਸਲ ਆ ਜੀ, ਇਹ ਸਪਲਾਈ ਪਈ ਆ। ਬਾਕੀ ਆਪਣਾ DVR ਆ, HD ਪੈਣ ਲੱਗੀਆਂ ਦੂਜੀਆਂ ਤਾਰਾਂ ਵੀ ਕੈਮਰੇ ਦੀਆਂ ਜੀ, ਵਾਈਫਾਈ ਲੱਗ ਚੁੱਕਿਆ ਆ, ਹਜੇ ਉਹਨਾਂ ਨੇ ਸੈਟਿੰਗ ਕਰਨੀ ਮਾੜੀ ਜੀ। ਬਾਕੀ ਜਗਾੜ ਖਲਾਰਾ ਪਾਇਆ ਆਪਾਂ ਚੰਗਾ ਰੱਖ ਕੇ, ਡੱਬੀਆਂ ਡੁੱਬੀਆਂ ਲਿਆਂਦੀਆਂ ਸੀ ਜਿਹੜੀਆਂ ਆਪਣੀਆਂ। ਹਾਂਜੀ, ਅਤੇ ਦੋਸਤੋ ਤਾਰਾਂ ਪੈ ਚੁੱਕੀਆਂ ਸੀਗੀਆਂ, ਰਾਤ ਹਨੇਰਾ ਚੰਗਾ ਹੀ ਹੋ ਗਿਆ ਸਾਨੂੰ ਆਉਂਦਿਆਂ ਪਾਉਂਦਿਆਂ, ਐਪਾਂ 'ਚ ਸੀਮਿੰਟ ਵਗੈਰਾ ਪੈ ਗਿਆ ਸੀਗਾ, ਦੇਖੋ ਪੈ ਗਈ ਆ। ਬਾਕੀ ਕਰਦੇ ਹਾਂ ਹੁਣ ਕੈਮਰੇ ਇੰਸਟਾਲ ਕਰਦੇ ਹਾਂ, ਅਤੇ DVR ਵਗੈਰਾ ਫਿੱਟ ਕਰਦੇ ਹਾਂ, ਕਰਕੇ ਤਾਂ ਫਿਰ ਦੇਖਦੇ ਹਾਂ ਚਲਾ ਕੇ। ਅਤੇ ਆ ਜਾਓ ਜੀ ਹੁਣ ਕਰਦੇ ਹਾਂ ਜੀ ਆਪਾਂ DVR 'ਚ ਹਾਰਡ ਡਿਸਕ ਫਿੱਟ, ਅਤੇ ਪਹਿਲਾਂ DVR ਖੋਲਦੇ ਹਾਂ ਆਪਾਂ। DVR ਖੋਲ ਕੇ ਦੇਖਦੇ ਹਾਂ ਕਨੈਕਟੀਵਿਟੀ ਕਿੱਦਾਂ ਕਰਨੀ ਆ, ਅਤੇ
ਆਪਣੇ ਤੋਂ ਹਾਰਡ ਡਿਸਕ ਜਿਹੜੀ ਆ ਜੀ 1 TB ਦੀ ਹਾਰਡ ਡਿਸਕ ਆ, ਅਤੇ ਕਰਦੇ ਹਾਂ ਇਹਨੂੰ ਖੋਲਦੇ ਹਾਂ ਜੀ DVR ਨੂੰ, ਅਤੇ DVR ਖੋਲ ਕੇ ਫਿੱਟ ਕਰਕੇ ਅਤੇ ਤੁਹਾਨੂੰ ਫਿਰ ਦਿਖਾਉਂਦੇ ਹਾਂ ਜੀ ਸਾਰਾ ਪ੍ਰੋਸੈਸ। ਹਾਂਜੀ ਅਤੇ ਆ ਜਾਓ ਕਰਦੇ ਹਾਂ ਜੀ ਹਾਰਡ ਡਿਸਕ ਫਿੱਟ। ਫਿਰ ਆ ਜੀ ਆਪਣੇ ਤੋਂ ਜਿਹੜੀ ਪਈ ਆ ਇਹ ਹਾਰਡ ਡਿਸਕ ਆ, ਅਤੇ ਇਹ ਹੈਗੀ ਆ ਜੀ 1 TB ਦੀ ਹਾਰਡ ਡਿਸਕ ਆ, ਇਹਦੇ ਵਿੱਚ ਇੰਸਟਾਲ ਕਰਾਂਗੇ ਅਤੇ ਦੇਖਦੇ ਹਾਂ ਇਹਦੇ ਕਨੈਕਟੀਵਿਟੀ ਕਰਦੇ ਹਾਂ, ਵਾਇਰਾਂ ਵੂਇਰਾਂ ਇਹਦੀਆਂ ਦੇਖ ਕੇ ਸਾਰਾ ਕੁਛ ਕਰਕੇ ਫਿੱਟ ਕਰਕੇ ਅਤੇ ਤੁਹਾਨੂੰ ਫਿਰ ਚਲਾ ਕੇ ਕੈਮਰੇ ਦਿਖਾਉਂਦੇ ਹਾਂ ਆਪਾਂ। ਅਤੇ ਆ ਜਾਓ ਇਹਨੂੰ ਕਰ ਲੈਂਦੇ ਹਾਂ ਜੀ ਫਿੱਟ ਪਹਿਲਾਂ ਕਨੈਕਟੀਵਿਟੀ ਇਹਦੀ ਸਾਰੀ ਕਰਕੇ। ਹਾਂਜੀ ਅਤੇ ਫਿੱਟ ਹੋ ਚੁੱਕੀ ਆ ਜੀ 1 TB ਦੀ ਹਾਰਡ ਡਿਸਕ ਆਪਣੀ, ਅਤੇ ਆਪਾਂ ਹੁਣ ਇਹਦੀ ਕਨੈਕਟੀਵਿਟੀ ਕਰਕੇ ਤਾਂ ਦੇਖਾਂਗੇ, ਇਹਨੂੰ ਚਲਾ ਕੇ ਬੋਕਸ ਫਿੱਟ ਕਰਦੇ ਹਾਂ, ਬਾਕੀ ਕਨੈਕਸ਼ਨ ਕਰਦੇ ਹਾਂ ਇਹਦੀਆਂ ਵਾਇਰਾਂ ਆ ਸਾਰੀਆਂ। ਹਾਂਜੀ ਅਤੇ ਦੋਸਤੋ DVR 'ਚ ਆਪਾਂ ਹਾਰਡ ਡਿਸਕ ਫਿੱਟ ਕਰ ਲਈ ਸੀਗੀ, ਅਤੇ ਇਹਦੇ 'ਚ ਹਾਰਡ ਡਿਸਕ ਆਪਾਂ ਕਨੈਕਟੀਵਿਟੀ ਕਰ ਦਿੱਤੀ ਸਾਰੀ, ਅਤੇ ਹੁਣ ਆਪਾਂ ਕੈਮਰੇ ਲਾਵਾਂਗੇ ਬਾਹਰ, ਲਾਉਂਦੇ ਕਰਦੇ ਹਾਂ ਸਟਾਰਟ ਡੱਬੀਆਂ ਡੁੱਬੀਆਂ ਲਾ ਕੇ, ਅਤੇ ਫਿਰ ਇਹਨਾਂ ਦੇ ਕਨੈਕਸ਼ਨ ਕਨੁਕਸ਼ਨ ਕਰਕੇ ਅਤੇ ਚਲਾ ਕੇ ਇਕੱਲਾ ਇਕੱਲਾ 1x1 ਦੇਖਦੇ ਹਾਂ। ਅਤੇ ਆ ਜਾਓ ਬਾਹਰ ਚੱਲਦੇ ਹਾਂ ਜੀ ਫਿਰ ਕੈਮਰੇ ਲੈ ਕੇ ਡੱਬੀਆਂ ਲੈ ਕੇ। ਹਾਂਜੀ ਅਤੇ ਦੋਸਤੋ ਹੁਣ ਆਪਾਂ ਇਹਨਾਂ ਦੀਆਂ ਨਾ ਜਿਹੜੀਆਂ ਅੰਦਰ ਜਿਹੜੇ ਕਨੈਕਟਰ ਵਗੈਰਾ ਲੱਗਣੇ ਸੀਗੇ ਤਾਂ ਉਹ ਵੀ ਲਾ ਲਈਏ, DVR ਨਾਲ ਕਨੈਕਟੀਵਿਟੀ ਸਾਰੀ ਕਰ ਲਈਏ, ਪਾਵਰ ਸਪਲਾਈ ਵਗੈਰਾ ਅਤੇ ਸਾਰਾ ਕੁਛ ਫਿੱਟ ਕਰ ਲਈਏ ਆਪਾਂ ਇੱਥੇ, ਫਿਰ ਬਾਕੀ ਜਿਹੜੇ।
ਹਾਂਜੀ ਤੇ ਦੋਸਤੋ ਆਪਣਾ ਸਾਰਾ ਇੱਥੇ ਜੋ ਵੀ ਆ ਨਾ ਸਾਰਾ ਸੈਟਅਪ ਆਪਣਾ ਇੱਥੇ ਆ ਗਿਆ ਆ ਅਤੇ ਘਰੋਂ ਲਿਆਉਂਦੇ ਹਾਂ LCD ਸਕਰੀਨ ਉਹ ਵੀ ਲਾ ਕੇ ਇੱਥੇ ਅਤੇ ਆ ਵੀ ਲਾ ਦਈਏ ਬੋਕਸ ਜੀ ਉੱਥੇ ਅਤੇ ਲਾ ਕੇ ਅਤੇ ਆਪਾਂ ਫਿਰ ਉੱਧਰ ਕੈਮਰੇ ਵੀ ਲਾਉਣੇ ਆ ਲਾਈਟ ਹੈ ਨਹੀਂ ਗੇ ਕੈਮਰੇ ਵੀ ਲਾਉਂਦੇ ਲਾਈਟ ਆਈ ਅਤੇ ਫਿਰ ਤੁਹਾਨੂੰ ਸਾਰਾ ਇਹ ਚਲਾ ਕੇ ਅਤੇ ਫਿਰ ਦਿਖਾਵਾਂਗੇ। ਹਾਂਜੀ ਅਤੇ ਆਜੋ ਜੀ ਹੁਣ ਕਰਦੇ ਆ ਜੀ ਕੈਮਰੇ ਫਿੱਟ ਬਾਹਰਲੇ ਵਾਲੇ ਅਤੇ ਕੈਮਰੇ ਫਿਟਿੰਗ ਕਰਕੇ ਅਤੇ ਫਿਰ ਜਲਦੀ ਜਲਦੀ 'ਚ ਕਰ ਲੈਂਦੇ ਫਿੱਟ ਆਪਾਂ ਅਤੇ ਫਿਰ ਤੁਹਾਨੂੰ ਸਾਰਾ ਵਿਊ ਦਿਖਾਉਂਦੇ ਹਾਂ ਜੋ ਕਰਦੇ ਹਾਂ ਜੀ ਫਿੱਟ ਫਿਰ ਕੈਮਰੇ ਦੋਨੋਂ ਹੀ। ਲੱਗੇ ਇੱਕ ਦੋ ਤੇ ਆ ਜੀ ਤੀਜਾ ਗਲੀ ਗਲਾ। ਹਾਂਜੀ ਅਤੇ ਦੋਸਤੋ ਇਹ ਹੈਗਾ ਜੀ ਇਹਦਾ ਨਾਈਟ ਵਿਜ਼ਨ, ਰਾਤ ਦੀ ਵੀਡੀਓ ਆ, ਦੇਖ ਸਕਦੇ ਤੁਸੀਂ ਨਾਈਟ ਵਿਜ਼ਨ ਵੀ ਇਹਦਾ ਚੈੱਕ ਕਰ ਸਕਦੇ ਹਾਂ ਕਿੱਦਾਂ ਦਾ ਆ ਰਿਹਾ ਆ। ਕਲੈਰਿਟੀ ਤਾਂ ਵਧੀਆ ਆ ਰਹੀ ਆ, ਬਾਕੀ ਹੌਲੀ ਹੌਲੀ ਦੇਖਦੇ ਹਾਂ। ਅਤੇ ਆ ਜਾਓ ਜੀ ਇਹਨੂੰ ਫਿਰ ਹੁਣ ਮੋਬਾਈਲ 'ਤੇ ਵੀ ਆਪਾਂ ਅਟੈਚ ਕਰਦੇ ਹਾਂ ਵਾਈਫਾਈ ਦੇ ਨਾਲ, ਅਤੇ ਮੋਬਾਈਲ 'ਤੇ ਆਪਾਂ ਐਪ ਭਰਨਾ HIK ਕਨੈਕਟ, ਅਤੇ HIK ਕਨੈਕਟ ਭਰ ਕੇ ਅਤੇ ਆਪਣੀ ID ਅਪਡੇਟ ਕਰਨੀ ਹੁੰਦੀ ਆ ਸਾਈਨ ਅਪ ਕਰਕੇ, ਅਤੇ ਆਪਾਂ ਨੇ ਕੈਮਰੇ ਸਕੈਨ ਕੋਡ ਜਿਹੜਾ ਇਹਨਾਂ ਦਾ ਕੋਡ ਸ਼ੇਅਰ ਕਰਕੇ ਸਕੈਨ ਕਰਕੇ ਅਤੇ ਆਪਣੇ ਚੱਲ ਪੈਂਦੇ ਆ। ਆਹ ਦੇਖ ਸਕਦੇ ਤੁਸੀਂ ਜੀ ਮੈਂ ਫੋਨ 'ਤੇ ਚਲਾ ਲਿਆ ਵਾ, ਫੋਨ 'ਤੇ ਚੱਲਦੇ ਪਏ ਬੜੇ ਵਧੀਆ। ਅਤੇ ਆਹ ਦੇਖੋ ਜੀ
ਬਿਲਕੁਲ ਨਾਲ ਨਾਲ ਚੱਲਦੇ ਪਏ ਆ। ਇਹ ਨਹੀਂ ਹੈਗਾ ਕਿ ਮਤਲਬ ਅੱਗੇ ਪਿੱਛੇ ਚੱਲਦੇ ਆ, ਬਿਲਕੁਲ ਨਾਲ ਨਾਲ ਦੇਖੋ ਚੱਲਦੇ ਪਏ ਜੀ ਇਹ। ਆਹ ਦੇਖ ਲਓ ਜੀ, ਹੁਣ ਤਿੰਨਾਂ ਨਾਲ ਚੱਲਦੇ ਪਏ ਆ ਸਾਰੇ ਤਿੰਨੇ ਹੀ ਕੈਮਰੇ। ਹਾਂਜੀ, ਤੇ ਦੱਸਿਓ ਜੀ ਫਿਰ ਕਿੱਦਾਂ ਦਾ ਲੱਗਾ ਜੀ ਬਲੌਗ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਜਿਹੜੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਵਾਲਾ ਬਟਨ ਆਲ 'ਤੇ ਕਰ ਲਿਓ, ਤਾਂ ਜੋ ਤੁਹਾਡੇ ਤੱਕ ਅਗਲੀਆਂ ਇੱਦਾਂ ਦੀਆਂ ਮੋਟੀਵੇਸ਼ਨਲ ਵੀਡੀਓ ਪਹੁੰਚਦੀਆਂ ਰਹਿਣ। ਅਤੇ ਮਿਲਦੇ ਹਾਂ ਜੀ ਫਿਰ ਨੈਕਸਟ ਬਲੌਗ 'ਚ, ਤਦ ਤੱਕ ਜੀ ਬਾਏ ਬਾਏ ਜੀ।